ਪੰਜਾਬ ਦੇ ਇੰਡੀਆ ਦੇ ਸਕੂਲਾਂ ਦੇ ਵਿੱਚ ਕਹਿ ਦਿੰਦੇ ਆ ਜੀ ਪੜ੍ਹਾਈ ਜਵਾਕ ਨੇ ਬਹੁਤ ਵਧੀਆ ਕੀਤੀ ਹੈਗੀ ਆ ਇਹਨੂੰ ਮੋਬਾਈਲ ਦੇਵਾਂਗੇ ਮੁਫਤ ਸਰਕਾਰ ਕਹਿ ਦਿੰਦੀ ਹੈ ਤੇ ਪਰ ਇੱਥੇ ਜਿਹੜੀ ਯੂ ਐਸ ਏ ਦੀ ਸਰਕਾਰ ਕਹਿੰਦੀ ਹੈ ਵੀ ਜਿਹੜੇ ਤੁਹਾਡੇ ਕੋਲੇ ਮੋਬਾਈਲ ਹੈਗੇ ਆ ਇਹ ਵੀ ਘਰੇ ਰੱਖ ਕੇ ਆਇਆ ਕਰੋ ਭਾਈ ਕੋਈ ਫਾਇਦਾ ਨਹੀਂ ਇਹਨਾਂ ਦਾ ਇਹ ਡਿਜੀਟਲ ਜਿਹੜੀ ਦੁਨੀਆ ਦੇ ਵਿੱਚ ਫੋਨ ਦਾ ਕਿੰਨਾ ਕੁ ਫਾਇਦਾ ਹੁੰਦਾ ਬੱਚਿਆਂ ਨੂੰ ਹੁੰਦਾ ਵੀ ਹੈ ਕਿ ਨਹੀਂ ਹੁੰਦਾ ਤੇ ਬਾਕੀ ਸਕੂਲ ਦੇ ਵਿੱਚ ਜਾ ਕੇ ਬਾਕੀ ਲੱਗਦਾ ਤੁਹਾਨੂੰ ਫੋਨਾਂ ਤੇ ਪੜ੍ਹਦੇ ਹੋਣਗੇ ਬਲੱਟਸਬ ਇੱਕ ਪੰਜਾਬੀ ਦੀ ਕਹਾਵਤ ਆ ਕਿ ਦੂਰ ਦੇ ਢੋਲ ਸਹਾਵ ਨੇ ਪਹਿਲਾਂ ਆਪਾਂ ਇਹ ਗੱਲਬਾਤ ਦੇਖਦੇ ਸੁਣਦੇ ਹੁੰਦੇ ਸੀਗੇ ਕਿ ਇੰਡੀਆ ਦੇ ਵਿੱਚ ਜਿਹੜਾ ਪੜ੍ਹਾਈ ਦਾ ਕਲਚਰ ਹੈਗਾ ਉਹ ਡਿਫਰੈਂਟ ਆ ਬਾਹਰਲੀਆ ਕੰਟਰੀਜ਼ ਦੇ ਵਿੱਚ ਜੀ ਬੜੀ ਟੈਕਨੋਲੋਜੀ ਆ ਉਹ ਤਾਂ ਉੱਥੇ ਪ੍ਰੋਜੈਕਟਰ ਤੇ ਪੜਾਉਂਦੇ ਆ ਬੱਚੇ ਕਾਪੀਆਂ ਤੇ ਨਹੀਂ ਲਿਖਦੇ ਟੈਬਲੇਟਸ ਤੇ ਲਿਖਦੇ ਆ ਸੋ ਉਹ ਕਲਚਰ ਜਿਹੜਾ ਹੈਗਾ ਦੂਰੂ ਦੂਰੂ ਵਧੀਆ ਲੱਗਾ ਜਦੋਂ ਇਹ ਚੀਜ਼ਾਂ ਇੰਡੀਆ ਦੇ ਵਿੱਚ ਜਾਂ ਪੂਰੇ ਪੂਰੇ ਵਰਲਡ ਦੇ ਵਿੱਚ ਆਮ ਹੋ ਗਈਆਂ ਈ ਪਤਾ ਲੱਗਾ ਕਿ ਇਸ ਟੈਕਨੋਲੋਜੀ ਦਾ ਜਿੱਥੇ ਫਾਇਦਾ ਉਹਦੇ ਨੁਕਸਾਨ ਵੀ ਬੜੇ ਵੱਡੇ ਹੈਗੇ ਨੇ ਖਾਸ ਤੌਰ ਤੇ ਮੈਂਟਲ ਇਲਨੈਸ ਦੇ ਨਾਲ ਰਿਲੇਟਡ ਸੋ ਏਸੇ ਦੇ ਚਲਦਿਆਂ ਆਪਾਂ ਪਹਿਲਾਂ ਵੀ ਕੁਝ ਦਿਨ ਖਬਰ ਕੀਤੀ ਸੀ ਕਿ ਕੈਲੀਫੋਰਨੀਆ ਇੱਕ ਬਿੱਲ ਲੈ ਕੇ ਆ ਰਿਹਾ ਜਿਹਦੇ ਵਿੱਚ ਬੈਨ ਕਰ ਦਿੱਤਾ ਜਾਊਗਾ ਸਮਾਰਟਫੋਨਸ ਨੂੰ ਸਕੂਲਾਂ ਦੇ ਵਿੱਚ ਹੁਣ ਖਬਰ ਇਹ ਹੈ ਕਿ ਇਸ ਬਿੱਲ ਦੇ ਉੱਤੇ ਗਵਰਨਰ ਗੈਵਨ ਨਿਊਜ਼ਮ ਹੋਰਾਂ ਨੇ ਸਾਈਨ ਕਰ ਦਿੱਤੇ ਤੇ ਇਸ ਨੂੰ ਲਾਅ ਬਣਾ ਦਿੱਤਾ ਹੈ ਯੂ ਐਸ ਦੀਆਂ 13 ਹੋਰ ਸਟੇਟਾਂ ਇਸ ਤੋਂ ਪਹਿਲਾਂ ਸੈੱਲਫੋਨ ਰੈਸਟ੍ਰਿਕਟ ਕਰ ਚੁੱਕੀਆਂ ਹੈਗੀਆਂ ਬਕਾਇਦਾ ਲਾਅ ਬਣਾ ਕੇ ਦਰਅਸਲ ਇਸ سلسلہ ਨੂੰ ਫਲੋਰਡਾ ਨੇ ਲੀਡ ਕੀਤਾ ਸੀਗਾ ਉੱਥੋਂ ਸ਼ੁਰੂਆਤ ਹੋਈ ਸੀ 2023 ਦੇ ਵਿੱਚ ਉਹਨਾਂ ਨੇ ਮੋਹਮ ਵਿੱਢੀ ਸੀਗੀ ਤੇ ਫਿਰ ਉਹ ਇੱਕ ਲਾਅ ਲੈ ਕੇ ਆਏ ਸੀਗੇ smartphones ਨੂੰ classes ਦੇ ਵਿੱਚ ਬੈਨਡ ਕਰਨ ਦੇ ਬਾਰੇ ਇਸੇ ਸਿਲਸਿਲੇ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਹੋਰਾਂ ਨੇ ਮੰਡੇ ਨੂੰ ਬਿੱਲ ਨੂੰ ਸਾਈਨ ਕਰਕੇ ਲਾਅ ਬਣਾ ਦਿੱਤਾ ਤੇ ਇਸ ਲਾਅ ਦੇ ਤਹਿਤ ਬਰਾੜ ਸਾਹਿਬ ਕੁਝ ਕਲਾਸਾਂ ਦੇ ਵਿੱਚ ਮੋਬਾਈਲ ਫੋਨ ਟੋਟਲੀ ਬੈਨ ਹੋਣਗੇ ਮੋਸਟ ਪ੍ਰੋਬਬਲੀ ਇਹ ਜਿਹੜੀਆਂ ਛੋਟੀਆਂ ਕਲਾਸਸ ਆ ਉਥੇ ਬਿਲਕੁਲ ਹੀ ਬੈਨ ਹੋ ਜਾਣਗੇ ਮੋਬਾਈਲ ਫੋਨਸ ਤੇ ਕੁਝ ਕਲਾਸਾਂ ਦੇ ਵਿੱਚ ਇੱਕ ਲਿਮਿਟ ਤੱਕ ਹੀ ਫੋਨ ਯੂਜ਼ ਕੀਤਾ ਜਾ ਸਕਦਾ ਕੁਝ ਖਾਸ ਪਰਪਸਸਸ ਦੇ ਲਈ ਹੀ ਯੂਜ਼ ਕੀਤਾ ਜਾ ਸਕਦਾ ਮੇਬੀ ਸਕਰੀਨ ਟਾਈਮ ਦੀ ਕੋਈ ਲਿਮਿਟ ਵੀ ਰੱਖੀ ਜਾਊਗੀ ਕੈਲੀਫੋਰਨੀਆ ਦੇ ਵਿੱਚ ਆਲਮੋਸਟ 5.9 ਮਿਲੀਅਨ ਪਬਲਿਕ ਸਕੂਲ ਸਟੂਡੈਂਟ ਹੈਗੇ ਆ ਜੀ ਵੈਸੇ ਇਹ ਦੱਸ ਦਈਏ ਕਿ ਇਹ ਲਾਉ ਬੰਦ ਤੋਂ ਪਹਿਲਾਂ ਲੋਸ ਐਂਜਲਸ ਕਾਉਂਟੀ ਨੇ ਜੂਨ ਮਹੀਨੇ ਦੇ ਵਿੱਚ ਹੀ ਆਪਣੇ ਸਟੂਡੈਂਟਸ ਦੇ ਉੱਤੇ smartphones ਦੇ ਬਾਰੇ ਬੈਨ ਲਗਾ ਦਿੱਤਾ ਸੀਗਾ ਆਲਮੋਸਟ 430000 ਸਟੂਡੈਂਟਸ ਦੇ ਉੱਤੇ ਇਹ ਬੈਨ ਲੱਗਿਆ ਸੀਗਾ ਲੋਸ ਐਂਜਲਸ ਕਾਉਂਟੀ ਦੇ ਵਿੱਚ ਕਿ ਉਹ ਮੋਬਾਈਲ ਫੋਨ ਯੂਜ਼ ਨਹੀਂ ਕਰ ਸਕਦੇ ਉਸੇ ਵੀ ਕੀ ਬਰਾੜ ਸਾਹਿਬ ਯੂਐਸ ਦੇ ਜਿਹੜੇ ਸਰਜਨ ਜਨਰਲ ਹੈਗੇ ਆ ਮਿਸਟਰ ਵਿਵੇਕ ਮੂਰਥੀ ਉਹਨਾਂ ਨੇ ਵੀ ਇੱਕ ਲੰਮੀ ਚੌੜੀ ਸਟੇਟਮੈਂਟ ਇੱਕ ਆਰਟੀਕਲ ਛਾਪਿਆ ਸੀਗਾ ਕਿ ਸੋਸ਼ਲ ਮੀਡੀਆ ਦੇ ਜਿਹੜੇ ਪਲੈਟਫਾਰਮ ਦਾ ਓਵਰ ਯੂਜ਼ ਆ ਉਹ ਬੱਚਿਆਂ ਦੇ ਭਵਿੱਖ ਨਾਲ ਕਿਵੇਂ ਖਿਲਵਾੜ ਕਰ ਰਿਹਾ ਉਹਨਾਂ ਨੇ ਸਟੱਡੀ ਤੇ ਫੈਕਟ ਦੇ ਹਵਾਲੇ ਦਿੱਤੇ ਸੀਗੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਐਡਿਕਸ਼ਨ ਆ ਇੱਕ ਸਿਗਰਟ ਤੋਂ ਵੀ ਭੈੜੀ ਐਡਿਕਸ਼ਨ ਹੈਗੀ ਆ ਸਿਗਰਟ ਦੀ ਐਡਿਕਸ਼ਨ ਨਾਲ ਕੰਪੇਅਰ ਕੀਤਾ ਸੀਗਾ ਉਹਨਾਂ ਨੇ ਕਿਹਾ ਕਿ ਹੈਲਦੀ ਬਾਡੀਜ਼ ਬਹੁਤ ਜ਼ਿਆਦਾ ਮੈਂਟਲੀ ਇਲ ਹੋ ਰਹੀਆਂ ਬੱਚਿਆਂ ਨੂੰ ਆਪਣੇ ਇਮੋਸ਼ਨਸ ਦਾ ਪਤਾ ਹੀ ਨਹੀਂ ਲੱਗ ਰਿਹਾ ਇਹਦੇ ਵਿੱਚ ਉਹਨਾਂ ਨੇ ਮੈਡੀਕਲ ਜਨਰਲ ਜਾਮਾ ਦੇ ਸਟੱਡੀ ਬਾਰੇ ਵੀ ਦੱਸਿਆ ਸੀਗਾ कि ਜੇਕਰ ਇੱਕ ਬੱਚਾ 3 ਘੰਟੇ ਸੋਸ਼ਲ ਮੀਡੀਆ ਯੂਜ਼ ਕਰਦਾ ਤਾਂ ਉਹਦੇ ਨਾਲ ਉਹਦਾ ਮੈਂਟਲ ਇਲਨਸ ਦਾ ਜਿਹੜਾ ਰਿਸਕ ਹੈ ਉਹ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਜੀ ਬ੍ਰਾਡ ਸਾਹਿਬ ਬਿਲਕੁਲ ਜੀ ਇਹ ਤਾਂ ਹੈ ਵੀ ਜਦੋਂ ਫੋਨ ਜ਼ਿਆਦਾ ਯੂਜ਼ ਕਰਦੇ ਆ ਤਾਂ ਵੀ ਨੁਕਸਾਨ ਹੈ ਤੇ ਜੇ ਆਪਾਂ ਸਹੀ ਪਾਸੇ ਯੂਜ਼ ਕਰਦੇ ਆ ਫਿਰ ਵੀ ਉਹਨੂੰ ਫਾਇਦਾ ਔਰ ਲੋਕ ਜਿਹੜੀ ਸਾਡੀਆਂ ਖਬਰਾਂ ਸੁਣ ਰਹੇ ਆ ਜੀ ਫੋਨ ਤੇ ਹੀ ਸੁਣ ਰਹੇ ਆ ਤੇ ਉਹਨਾਂ ਨੂੰ ਫਾਇਦਾ ਹੋ ਰਿਹਾ ਸਾਡੀ ਖਬਰਾਂ ਤੋਂ ਪਚਾ ਲੱਗ ਰਹੇ ਆ ਤੇ ਇਹ ਵੀ ਇੱਕ ਚੰਗੀ ਚੀਜ਼ ਹੈ ਤੇ ਇਹੀ ਫੋਨ ਹੁੰਦਾ ਜਦੋਂ ਕੋਈ ਗਲਤ ਚੀਜ਼ਾਂ ਬੰਦਾ ਕਰ ਦਿੰਦਾ ਤੇ ਆਪਣੇ ਪੈਸੇ ਵੀ ਬੈਂਕ ਚੋਂ ਨਿਕਲ ਨਿਕਲ ਜਾਂਦੇ ਆ ਤੇ ਕਈ ਗਲਤ ਵੀ ਯੂਜ਼ ਕਰ ਰਹੇ ਬ੍ਰਾਦਰਸਬ ਵੇਖੋ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਜੀ ਚੰਗੇ ਤੇ ਮਾੜੇ ਅੱਜ ਆਪਾਂ ਇੱਕ ਖਬਰ ਕੀਤੀ 18000 ਡਾਲਰ ਕੈਨੇਡਾ ਦੇ ਵਿੱਚ ਇੱਕ ਮੁੰਡੇ ਨੇ ਜਿਹੜੇ ਹੈਗੇ ਆ ਕੁਝ ਗਰੋ ਨੇ ਰਲ ਕੇ ਇੱਕ ਪਿਓਤੀ ਦੇ ਕੱਢ ਲਏ ਉਹ ਵੀ ਫੋਨ ਦਾ ਯੂਜ਼ ਹੋਇਆ ਸੀਗਾ ਆਪਾਂ ਚੰਗੀਆਂ ਚੀਜ਼ਾਂ ਵੀ ਦੇਖਦੇ ਆ ਕਿ ਛੋਟੇ ਛੋਟੇ ਬੱਚੇ ਬਹੁਤ ਇਨੋਵੇਟਿਵ ਵੀ ਬਣਾ ਲੈਂਦੇ ਆ ਪਰ ਕਈ ਵਾਰੀ ਛੋਟੇ ਬੱਚੇ ਕੁਝ ਡੇਂਜਰਸ ਵੀ ਬਣਾ ਲੈਂਦੇ ਆ ਇਹ ਜੇ ਜਨਰਲ ਯੂਜ਼ ਦੀ ਗੱਲ ਕਰੀਏ ਆਪਾਂ ਚੰਗੇ ਮਾੜੇ ਦੋਵੇਂ ਕਾਊਂਟ ਕਰ ਲੈਣੇ ਆ ਤਾਂ ਤਾਂ ਵੀ ਮੰਨਿਆ ਜਾਂਦਾ ਹੈ ਇਹ ਖਾਸ ਤੌਰ ਤੇ ਜੇ ਆਪਾਂ ਸੋਸ਼ਲ ਮੀਡੀਆ ਕੱਲੇ ਦੇ ਉੱਤੇ ਆਈਏ ਟਿਕਟੌਕ ਦੇ ਉੱਤੇ ਆਈਏ ਇੰਸਟਾਗ੍ਰam YouTube ਦੇ ਉੱਤੇ ਆਈਏ ਸੋ ਇਹਨੂੰ ਉਹ ਸੋਸ਼ਲ ਮੀਡੀਆ ਦੇ ਵਿੱਚ ਕਾਊਂਟ ਕਰ ਰਹੇ ਆ ਜਿਹੜੀ ਡਾਕਟਰ ਸਾਹਿਬ ਨੇ ਮੈਡੀਕਲ ਜਨਰਲ ਜਾਮਾ ਦੀ ਸਟੱਡੀ ਦਾ ਹਵਾਲਾ ਦਿੱਤਾ ਉਹ ਕਹਿੰਦੇ ਕਿ ਐਵਰੇਜ ਕੈਲੀਫੋਰਨੀਆ ਦੇ ਜਿਹੜੇ ਸਟੂਡੈਂਟ ਹੈਗੇ ਆ ਆਲਮੋਸਟ 4 ਘੰਟੇ ਤੇ 40-45 ਮਿੰਟ ਇੱਕ ਦਿਨ ਦੇ ਵਿੱਚ ਯੂਜ਼ ਕਰ ਰਿਹਾ ਇਸ ਸੈੱਲਫੋਨ ਨੂੰ ਤੇ 3 ਘੰਟੇ ਵੀ ਡੇਂਜਰਸ ਦੱਸੇ ਜਾ ਰਹੇ ਆ ਮਤਲਬ ਡੈਂਜਰਸ ਤੋਂ ਵੀ 2 ਘੰਟੇ ਆਲਮੋਸਟ ਵੱਧ ਜੇ ਯੂਜ਼ ਕਰ ਰਹੇ ਆ ਤਾਂ ਬਹੁਤ ਸਵੀਅਰ ਇੰਪੈਕਟ ਜਾਣੇ ਆ ਬੱਚੇ ਦੇ ਮਾਈਂਡ ਦੇ ਉੱਤੇ ਮੋਬਾਈਲ ਫੋਨ ਯੂਜ਼ ਕਰੋ ਤੁਸੀਂ ਆਰਟੀਕਲ ਪੜ੍ਹਨ ਦੇ ਲਈ ਕਰ ਸਕਦੇ ਹੋ ਕੋਈ ਖਬਰ ਪੜ੍ਹਨ ਦੇ ਲਈ ਬਹੁਤ ਸਾਰੇ ਜਰਨਲ ਹੈਗੇ ਆ ਬਹੁਤ ਸਾਰੀ ਇਨਫੋਰਮੇਸ਼ਨ ਆ ਉਹ ਲਓ ਪਰ ਸੋਸ਼ਲ ਮੀਡੀਆ ਤੋਂ ਉਹ ਕਿਤੇ ਗੈਪ ਬਣਾ ਕੇ ਰੱਖੋ ਖਾਸ ਤੌਰ ਤੇ ਅਨਪ੍ਰੋਡਕਟਿਵ ਮੀਡੀਆ ਜਿਹੜਾ ਜਿਥੋਂ ਨਿਕਲਣਾ ਕੁਛ ਨਹੀਂਗਾ ਸਿਰਫ ਬੱਚੇ ਡੋਪਾਮਿਨ ਰਿਲੀਜ਼ ਕਰਦੇ ਰਹਿੰਦੇ ਆ ਆਪਣੇ ਚਸਕੇ ਲਈ ਉਹਨੂੰ ਦੇਖ ਰਹੇ ਆ ਕਿ ਅਗਲੀ ਰੀਲ ਚਲੋ ਦੇਖਦੇ ਆ ਅਗਲੀ ਉਹਦੇ ਵਿੱਚੋਂ ਨਿਕਲਦਾ ਕੀ ਹੈ ਪ੍ਰੋਡਕਟਿਵਿਟੀ ਪ੍ਰੋਡਕਟਿਵਿਟੀ ਜਦੋਂ 0 ਆ ਉਹਨਾਂ ਚੀਜ਼ਾਂ ਨੂੰ ਉਹਨਾਂ ਨੇ ਕਿਹਾ ਕਿ ਬਹੁਤ ਡੇਂਜਰਸ ਨੇ